सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਬਰਨਾਲਾ ਚ ਨਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ। ਪ੍ਰਸ਼ਾਸਨ ਨੂੰ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ। ਦਰਅਸਲ ਬਰਨਾਲਾ ਦੇ ਕਸਬਾ ਤਨੌਲਾ ਦੇ ਇੱਕ ਪਿੰਡ ਚ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਸੀ, ਜਿਸ ਦੇ ਚੱਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ 3 ਲੋਕਾਂ ਨੂੰ JBC ਮਸ਼ੀਨਾਂ ਦੇ ਨਾਲ ਖੁਦਾਈ ਕਰਦੇ ਅਤੇ ਮਿੱਟੀ ਨੂੰ ਟਰੈਕਟਰਾਂ ਦੇ ਵਿੱਚ ਭਰਦੇ ਹੋਏ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਚੱਲਦੇ ਹੀ ਉਹਨਾਂ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਕਿ ਵੱਡੀ ਪੱਧਰ ਤੇ 20 ਤੋਂ 25 ਫੁੱਟ ਡੂੰਘੇ ਟੋਇਆਂ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਪੁਲਿਸ ਨੇ 3 ਲੋਕਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਈਨਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜ਼ਮੀਨ ਦੇ ਮਾਲਕ ਦੀ ਜਲਦ ਗ੍ਰਿਫਤਾਰੀ ਦੀ ਗੱਲ ਵੀ ਆਖੀ ਹੈ। ਪਿੰਡ ਦਾ ਇਹ ਹੈਗਾ ਮਸਲਾ ਹੈਗਾ, ਇਹ ਜਿਹੜੀ ਜਗ੍ਹਾ ਹੈਗੀ ਆ, ਇਹ ਪਿੰਡ ਬੁੱਗਰਾਂ ਕਾਲੇ ਕੇ ਅਤੇ ਸਪਾਲ ਦੀ, ਇਹ ਤਿੰਨਾਂ ਪਿੰਡਾਂ ਦੀ ਸਾਂਝੀ ਜੀ ਜੂ ਆ ਜੀ। ਪਰ ਜਿਹੜਾ ਇਹ ਮੈਨਿੰਗ ਦਾ ਹੈਗਾ ਮਸਲਾ, ਇਹ ਸਪਾਲ ਖੁਰਦ 'ਚ ਆਉਂਦਾ ਜੀ। ਇਹ ਸਾਡੇ ਇੰਸਪੈਕਟਰ ਸਤਨਾਮ ਸਿੰਘ ਸੀਗੇ ਜਿਹੜੇ ਮੈਨਿੰਗ ਦੇ, ਉਹਨਾਂ ਨੂੰ ਕਿਸੇ ਖੁਫੀਆ ਤੌਰ 'ਤੇ ਇਨਫੋਰਮੇਸ਼ਨ ਮਿਲੀ ਸੀਗੀ ਵੀ ਸਪਾਲ ਖੁਰਦ ਏਰੀਏ ਦੇ ਵਿੱਚ ਕਿਤੇ ਮੈਨਿੰਗ ਦਾ ਧੰਦਾ ਚੱਲ ਰਿਹਾ, ਜਿਹੜੇ ਗੈਰ ਕਾਨੂੰਨੀ ਜਿਹੜੇ ਰੇਤੇ ਦੀ ਅਤੇ ਇਹਦੀ ਮਿੱਟੀ ਦੀ ਨਿਕਾਸੀ ਕਰ ਰਹੇ ਆ। ਜਿਨ੍ਹਾਂ ਦੇ ਨਾਲ ਪੁੱਜ ਕੇ ਅਸੀਂ ਉੱਥੇ ਮੌਕੇ 'ਤੇ ਰੇਡ ਕੀਤੀ ਹੈ, ਉੱਥੇ ਅਸੀਂ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਕੁਛ ਅਸੀਂ ਉੱਥੇ ਮਸ਼ੀਨਰੀ ਵੀ ਕਬਜ਼ੇ 'ਚ ਲਈ ਹੈ। ਨਹੀਂ, ਮੈਂ ਤਾਂ ਇਸ ਬਾਰੇ ਤਾਂ ਇੰਨਾ ਨਹੀਂ ਕਹਿ ਸਕਦਾ ਵੀ ਮੈਂ ਕਿੰਨੇ ਚਿਰ ਤੋਂ ਚੱਲ ਰਿਹਾ, ਪਰ ਜਿਹੜਾ ਸਾਡੇ ਨੋਟਿਸ ਤਾਂ ਹੁਣ ਆਇਆ ਹੈਗਾ ਅਤੇ ਹੈ, ਇਹ ਸਾਰੇ ਟਿੱਬੇ ਹੈਗੇ ਆ ਉੱਥੇ, ਟਿੱਬੇ ਲੋਕ ਰਾਹ ਹੀ ਜਾਂਦੇ ਆ, ਪੱਧਰ ਕਰੀ ਜਾਂਦੇ ਆ ਉਹ, ਅਤੇ ਜਿੱਥੇ ਹੈਗਾ ਇਹ ਜਗ੍ਹਾ ਹੈਗੀ ਆ, ਇਹ ਹੈਗੀ ਆ ਕਰੀਬ 1.5-2 ਨਾਲ ਜਿਹੜੀ ਹੈਗੀ ਜਗ੍ਹਾ ਜਿੱਥੇ ਹੁਣ ਮੈਨਿੰਗ ਦਾ ਕੰਮ ਚੱਲਦਾ ਸੀ। ਇਹ ਹਰਵਿੰਦਰ ਸਿੰਘ ਰਾਜਾ ਅਤੇ ਆਪਣੇ ਰਾਜੂ ਆ, ਇੱਕ ਸੁਖਵਿੰਦਰ ਸਿੰਘ ਭੋਲਾ, ਇਹ ਪੁੱਤਰ ਤੇਜਾ ਸਿੰਘ, ਇਹਨਾਂ ਦੀ ਆਪਦੀ ਜ਼ਮੀਨ ਆ, ਉੱਥੋਂ ਇਹ ਕਰਾ ਰਹੇ ਜੀ। ਮੁਕੱਦਮਾ ਨੰਬਰ 119/24/8/2020 ਮੈਨਿੰਗ ਐਕਟ ਤਹਿਤ 2/379 IPC ਦਰਜ ਰਜਿਸਟਰ ਕੀਤਾ ਹੈ ਅਤੇ 2 ਪੌਕ ਲੈਨਾਂ ਮੌਕੇ ਤੋਂ, 1 ਟਿੱਪਰ ਟਰੈਕਟਰ ਟਰਾਲੀ ਜਿਹੜਾ ਰੇਤੇ ਨਾਲ ਭਰੇ ਹੋਏ ਸੀਗੇ, ਟਿੱਪਰ ਵੀ ਰੇਤੇ ਨਾਲ ਭਰਿਆ ਹੋਇਆ ਸੀ, ਕਰਾਹ ਸੀਗਾ ਇੱਕ, ਅਸੀਂ ਉਹ ਕਬਜ਼ੇ 'ਚ ਲਏ। ਜਿਹੜੇ ਮੌਕੇ 'ਤੇ ਡਰਾਈਵਰ ਸੀਗੇ 3 ਜਣੇ, ਆਪਣੇ ਪੌਕਲੈਂਡ ਦਾ, ਟਿੱਪਰ ਦਾ ਅਤੇ ਇੱਕ ਹੈਲਪਰ ਸੀਗਾ ਇਹਨਾਂ ਦਾ, ਉਹ ਅਸੀਂ ਮੌਕੇ ਤੋਂ ਅਰੈਸਟ ਕਰ ਲਏ ਸੀਗੇ ਅਤੇ ਜਿਹੜੇ ਉਹ ਜ਼ਮੀਨ ਦੇ ਮਾਲਕ ਹੈ ਉਹਨਾਂ ਦੀ ਹਜੇ ਗ੍ਰਿਫਤਾਰੀ ਦੋਹਾਂ ਦੀ। You are watching NC7 News. To give advertisement for flash ad, video ad and paid stories on this channel, contact us on 9855858559.